ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਟੀਮ ਇਨ ਹੋ YouTube ਚੈਨਲ ਤੇ Facebook ਪੇਜ ਤੇ ਹਾਜ਼ਰ ਹੋਏ ਹਾਂ 11 ਨਵੰਬਰ ਦੇ ਮੰਡੀਆਂ ਦੇ ਰੇਟ ਲੈ ਕੇ ਸਭ ਤੋਂ ਪਹਿਲਾਂ TMB ਇਨਫੋ ਨਾਲ ਜੁੜੇ ਸਾਰੇ ਹੀ ਦੋਸਤਾਂ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਸਾਰੇ ਹੀ ਭਰਾਵਾਂ ਦੀ ਦੀਵਾਲੀ ਖੁਸ਼ੀਆਂ ਭਰੀ ਬਤੀਤ ਹੋਵੇ ਦੋਸਤੋ ਗੱਲ ਕਰੀਏ ਬਾਸਮਤੀ ਦੇ ਰੇਟਾਂ ਬਾਰੇ ਤਾਂ ਬਾਸਮਤੀ ਦੇ ਰੇਟਾਂ ਵਿੱਚ ਥੋੜੀ ਗ੍ਰਾਵਿਟੀ ਦੇਖਣ ਨੂੰ ਮਿਲੀ ਹੈ Poor, 2 ਤੋਂ 2500 ਰੁਪਏ ਤੱਕ ਦੀ ਮੰਦੀ ਜਿਹੜੀ ਬਾਸਮਤੀ ਦੇ ਰੇਟਾਂ ਵਿੱਚ ਦੇਖਣ ਨੂੰ ਮਿਲੀ ਹੈ ਸੋ ਆਪ ਦੇਖਦੇ ਹਾਂ ਕੀ ਰੇਟ ਅੱਜ ਵੱਖ-ਵੱਖ ਮੰਡੀਆਂ ਦੇ ਵਿੱਚ ਰਹੇ ਜੀਂਦ ਮੰਡੀ ਦੇ ਵਿੱਚ ਅੱਜ 11 21 4611 ਰੁਪਏ ਤੱਕ ਵਿਕਿਆ 17 18 ਦਾ ਰੇਟ 4350 ਰੁਪਏ ਰਿਹਾ ਜੁਲਾਣਾ ਮੰਡੀ ਦੇ ਵਿੱਚ ਅੱਜ 11 21 4621 ਰੁਪਏ ਤੱਕ ਵਿਕਿਆ ਤੇ 17 18 ਦਾ ਰੇਟ 4331 ਰੁਪਏ ਰਿਹਾ ਪੰਜਾਬ ਦੀ ਬਟਾਲਾ ਮੰਡੀ ਦੇ ਵਿੱਚ ਅੱਜ 1121 ਕੰਬਾਈਨ ਦੀ ਕਟਾਈ ਵਾਲੇ ਦਾ ਟਾਪ ਰੇਟ 4400 ਰੁਪਏ ਤੱਕ ਰਿਹਾ ਤੇ ਹੱਥ ਝਾੜ 1121 ਦੇ ਰੇਟ ਅਜ ਇਥੇ 4600 ਰੁਪਏ ਤੱਕ ਰਹੇ ਐ ਦੋਸਤੋ ਪਹਿਲਾਂ ਇਥੇ ਜਿਹੜੇ ਹੱਥ ਝਾੜ ਦੇ ਰੇਟ ਸੀ ਉਹ 48500 ਰੁਪਏ ਤੱਕ ਚੱਲਦੇ ਰਹੇ ਐ ਸੋ ਅੱਜ ਰੇਟ ਆ ਜਿਹੜਾ ਉਹ 4600 ਰੁਪਏ ਤੱਕ ਹੱਥ ਝਾੜ ਦਾ ਟਾਪ ਰਿਹਾ 17 18 4350 ਰੁਪਏ ਤੱਕ ਵਿਕਿਆ ਗੁਹਾਣਾ ਮੰਡੀ ਦੇ ਵਿੱਚ ਅੱਜ 1121 4635 ਰੁਪਏ ਤੱਕ ਵਿਕਿਆ 17 18 ਦਾ ਰੇਟ 4311 ਰੁਪਏ ਰਿਹਾ ਕੈਥਲ ਮੰਡੀ ਦੇ ਵਿੱਚ ਅੱਜ 11 21 4600 ਰੁਪਏ ਤੱਕ ਵਿਕਿਆ ਤੇ 17 18 ਦਾ ਰੇਟ 4380 ਰੁਪਏ ਰਿਹਾ ਮੁੱਛਲ 1401 4280 ਰੁਪਏ ਤੱਕ ਵਿਕਿਆ ਤੇ 30 ਨੰਬਰ ਬਾਸਮਤੀ ਦਾ ਰੇਟ 6350 ਰੁਪਏ ਕੁਇੰਟਲ ਰਿਹਾ ਪੰਜਾਬ ਦੀ ਫਤਿਹਗੜ ਚੂੜੀਆਂ ਮੰਡੀ ਦੇ ਵਿੱਚ ਅੱਜ 11 21 3600 ਰੁਪਏ ਤੋਂ ਲੈ ਕੇ 4600 ਰੁਪਏ ਤੱਕ ਵਿਕਿਆ 17 18 ਦਾ ਰੇਟ 3300 ਰੁਪਏ ਤੋਂ ਲੈ ਕੇ 4300 ਰੁਪਏ ਰਿਹਾ ਹਰਿਆਣੇ ਦੀ 베ਰੀ ਮੰਡੀ ਦੇ ਵਿੱਚ ਅੱਜ 1121 4631 ਰੁਪਏ ਤੱਕ ਵਿਕਿਆ ਤੇ 17 18 ਦਾ ਰੇਟ 4331 ਰੁਪਏ ਰਿਹਾ। ਰੋहतक ਮੰਡੀ ਦੇ ਵਿੱਚ ਅੱਜ 1121 4643 ਰੁਪਏ ਤੱਕ ਵਿਕਿਆ ਤੇ 17 18 ਦਾ ਰੇਟ 4311 ਰੁਪਏ ਕਿਲੋਟਲ ਰਿਹਾ। ਪੰਜਾਬ ਦੀ ਦੁੱਧਾ ਸਾਦਾ ਮੰਡੀ ਦੇ ਵਿੱਚ ਅੱਜ 1121 4700 ਰੁਪਏ ਤੱਕ ਵਿਕਿਆ। 1509 ਦਾ ਰੇਟ 3450 ਰੁਪਏ ਤੋਂ ਲੈ ਕੇ 3650 ਰੁਪਏ ਰਿਹਾ। 18 47 3250 ਰੁਪਏ ਤੋਂ ਲੈ ਕੇ 3350 ਰੁਪਏ ਤੱਕ ਵਿਕਿਆ ਤੇ 18 85 ਦਾ ਰੇਟ 4150 ਰੁਪਏ ਕਿਵੰਟਲ ਰਿਹਾ ਪੀਵੀ 7 3800 ਰੁਪਏ ਤੋਂ ਲੈ ਕੇ 4000 ਰੁਪਏ ਤੱਕ ਵਿਕਿਆ ਸਮਾਲਕਾ ਮੰਡੀ ਦੇ ਵਿੱਚ ਅੱਜ 11 21 4621 ਰੁਪਏ ਤੱਕ ਵਿਕਿਆ 17 18 ਦਾ ਰੇਟ 4351 ਰੁਪਏ ਰਿਹਾ 18 85 4421 ਰੁਪਏ ਤੱਕ ਵਿਕਿਆ ਦਿੱਲੀ ਦੀ ਨਰੇਲਾ ਮੰਡੀ ਦੇ ਵਿੱਚ 11214611 ਰੁਪਏ ਤੱਕ ਵਿਕਿਆ 1847 ਦਾ ਰੇਟ 3590 ਰੁਪਏ ਰਿਹਾ ਬੱਲਵਗੜ ਮੰਡੀ ਦੇ ਵਿੱਚ ਅੱਜ 11214521 ਰੁਪਏ ਤੱਕ ਵਿਕਿਆ ਤੇ 1718 ਦਾ ਰੇਟ 4252 ਰੁਪਏ ਰਿਹਾ 1509 3562 ਰੁਪਏ ਤੱਕ ਵਿਕਿਆ ਪਿਹੋਵਾ ਮੰਡੀ ਦੇ ਵਿੱਚ 11214600 ਰੁਪਏ ਤੱਕ ਵਿਕਿਆ 1718 ਦਾ ਰੇਟ 4321 ਰੁਪਏ ਰਿਹਾ ਯੂਪੀ ਦੀ ਖੇਰ ਮੰਡੀ ਦੇ ਵਿੱਚ ਅੱਜ 11 21 4351 ਰੁਪਏ ਤੱਕ ਵਿਕਿਆ 17 18 ਦਾ ਰੇਟ 4072 ਰੁਪਏ ਤੱਕ ਰਿਹਾ ਤੇ 18 47 3451 ਰੁਪਏ ਤੱਕ ਵਿਕਿਆ 1509 ਦਾ ਰੇਟ 3571 ਰੁਪਏ ਰਿਹਾ ਤੇ ਮੁੱਛਲ 1401 4200 ਰੁਪਏ ਤੱਕ ਵਿਕਿਆ ਸੋ ਕਿਸਾਨ ਵੀਰੋ ਅੱਜ ਇੰਨਾ ਹੀ ਮੰਡੀਆਂ ਦੀ ਰਿਪੋਰਟ ਹੈ ਜਿਹੜੀ ਸਾਡੇ ਕੋਲ ਪਹੁੰਚੀ ਸੀ ਦੀਵਾਲੀ ਦੇ ਧਿਆਨ ਨੂੰ ਮੁੱਖ ਰੱਖਦੇ ਹੋਏ ਕਾਫੀ ਮੰਡੀਆਂ ਦੇ ਵਿੱਚ ਅੱਜ ਬੋਲੀ ਬੰਦ ਰੱਖੀ ਗਈ ਸੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਫੇਰ ਹਾਜ਼ਰ ਹੋਵਾਂਗੇ ਨਵੇਂ ਰੇਟ ਲੈ ਕੇ ਧੰਨਵਾਦ